हेलो दोस्तों, बेस्ट फ्यूचर एजुकेशन चैनल में तुहाडा स्वागत है। दोस्तों जेकर तुसी पंजाब लेवल दे किसी भी एग्जाम की प्रिपरेशन कर रहे हो तो वीडियो नूं अखीर तक जरूर देखना एंड वीडियो नूं अपने होरना दोस्तों तक वध तों वध शेयर जरूर कर देना एंड चैनल ते फस्ट वार विजिट किया होए चैनल नूं सबसक्राइब करके नाल लगी बैल आइकन की घंटी नूं प्रेस जरूर कर देना तां कि साडे वल्लों जद भी कोई नवीं वीडियो अपलोड होवे तुहाडे तक नोटिफिकेशन पहुँच सके। टोडरमल दा संबंध किस नाल सी? ਤਾਂ ਰਾਈਟ ਆਂਸਰ ਹੈ ਵਿੱਤ। ਠੀਕ ਹੈ ਜੀ। ਟੋਡਰ ਮੱਲ ਜੋ ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਸੀਗਾ, ਇਸ ਨੂੰ ਜੋ ਵਿੱਤ ਵਿਭਾਗ ਸੌਂਪਿਆ ਗਿਆ ਸੀ। ਬੁੱਧ ਦਾ ਸੰਬੰਧ ਕਿਸ ਗਣਰਾਜ ਨਾਲ ਸੀ? ਤਾਂ ਰਾਈਟ ਆਂਸਰ ਹੈ ਸਾਕਿਆ। ਠੀਕ ਹੈ ਜੀ। ਮਹਾਤਮਾ ਬੁੱਧ ਦਾ ਸੰਬੰਧ ਸਾਕਿਆ ਗਣਰਾਜ ਨਾਲ ਸੀ। ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ? ਤਾਂ ਰਾਈਟ ਆਂਸਰ ਹੈ ਮੈਸੂਰ। ਠੀਕ ਹੈ ਜੀ। ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਸੀ ਐਂਡ ਇਸ ਨੂੰ ਜੋ ਟਾਈਗਰ ਆਫ ਮੈਸੂਰ ਵੀ ਕਿਹਾ ਜਾਂਦਾ ਹੈ। ਪੁਲਕੇਸ਼ਨ ਦੂਜਾ ਸਭ ਤੋਂ ਮਸ਼ਹੂਰ ਸ਼ਾਸਕ ਸੀ? ਤਾਂ ਰਾਈਟ ਆਂਸਰ ਹੈ ਚਾਲੁਕਿਆ। ਠੀਕ ਹੈ ਜੀ। ਪੁਲਕੇਸ਼ਨ ਦੂਜਾ ਜੋ ਚਾਲੁਕਿਆ ਵੰਸ਼ ਨਾਲ ਸੰਬੰਧਿਤ ਸੀ। ਕਲਿੰਗ ਦਾ ਯੁੱਧ ਕਦੋਂ ਹੋਇਆ ਸੀ? ਤਾਂ ਰਾਈਟ ਆਂਸਰ ਹੈ 261 ਈਸਵੀ ਪੂਰਵ। ਠੀਕ ਹੈ ਜੀ। ਕਲਿੰਗ ਦਾ ਯੁੱਧ ਜੋ ਕਿ ਮੌਰੀਆ ਸਮਰਾਟ ਅਸ਼ੋਕ ਦੁਆਰਾ 261 ਈਸਵੀ ਪੂਰਵ ਵਿੱਚ ਲੜਿਆ ਗਿਆ ਸੀ। ਕਿਹੜੀ ਸੰਵਿਧਾਨਕ ਸੋਧ ਨੇ ਹਾਈਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ? ਤਾਂ ਰਾਈਟ ਆਂਸਰ ਹੈ 15ਵਾਂ। ਠੀਕ ਹੈ ਜੀ। ਜੋ 15 ਸੰਵਿਧਾਨਿਕ ਸੋਧ ਹੋਇਆ ਸੀਗਾ, ਇਸ ਰਾਹੀਂ ਜੋ ਹਾਈਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਗਈ। ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਕਰਤੱਵ ਸ਼ਾਮਲ ਹਨ? ਤਾਂ ਰਾਈਟ ਆਂਸਰ ਹੈ 11। ਠੀਕ ਹੈ ਜੀ। ਭਾਰਤੀ ਸੰਵਿਧਾਨ ਅੰਦਰ ਜੋ 11 ਮੌਲਿਕ ਕਰਤੱਵ ਸ਼ਾਮਲ ਹਨ। ਮੁੱਢਲੇ ਜੋ ਮੌਲਿਕ ਕਰਤੱਵ ਜੋ 10 ਸਨ ਐਂਡ ਜੋ 11ਵਾਂ ਜੋ ਮੌਲਿਕ ਕਰਤੱਵ 86ਵੇਂ ਸੰਵਿਧਾਨਿਕ ਸੋਧ ਰਾਹੀਂ 2002 ਅੰਦਰ ਜੋੜਿਆ ਗਿਆ ਸੀ। ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੈ? ਤਾਂ ਰਾਈਟ ਆਂਸਰ ਹੈ ਰਾਜਪਾਲ। ਠੀਕ ਹੈ ਜੀ। ਰਾਜ ਦਾ ਜੋ ਸੰਵਿਧਾਨਿਕ ਮੁਖੀ ਰਾਜਪਾਲ ਹੁੰਦਾ ਹੈ। ਰਾਸ਼ਟਰੀ ਕੈਲੰਡਰ ਕਦੋਂ ਅਪਣਾਇਆ ਗਿਆ ਸੀ? ਤਾਂ ਰਾਈਟ ਆਂਸਰ ਹੈ 22 ਮਾਰਚ 1957। ਠੀਕ ਹੈ ਜੀ। 22 ਮਾਰਚ 1957 ਈਸਵੀ ਨੂੰ ਜੋ ਰਾਸ਼ਟਰੀ ਕੈਲੰਡਰ ਅਪਣਾਇਆ ਗਿਆ ਸੀ। ਰਾਸ਼ਟਰੀ ਝੰਡਾ ਕਦੋਂ ਅਪਣਾਇਆ ਗਿਆ ਸੀ? ਤਾਂ ਰਾਈਟ ਆਂਸਰ ਹੈ 22 ਜੁਲਾਈ 1947। ਠੀਕ ਹੈ ਜੀ। 22 ਜੁਲਾਈ 1947 ਈਸਵੀ ਨੂੰ ਜੋ ਰਾਸ਼ਟਰੀ ਝੰਡਾ ਅਪਣਾਇਆ ਗਿਆ। ਦਿੱਤੇ ਗਏ ਵਿਟਾਮਿਨਾਂ ਵਿੱਚੋਂ ਕਿਹੜਾ ਖੂਨ ਦੇ ਜੰਮਣ ਲਈ ਜ਼ਿੰਮੇਵਾਰ ਹੈ? ਤਾਂ ਰਾਈਟ ਆਂਸਰ ਹੈ ਵਿਟਾਮਿਨ ਕੇ। ਠੀਕ ਹੈ ਜੀ। ਵਿਟਾਮਿਨ ਕੇ ਜੋ ਖੂਨ ਦੇ ਜੰਮਣ ਲਈ ਜ਼ਿੰਮੇਵਾਰ ਹੈ। ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਹੋ ਕੇ ਗੁਜ਼ਰਦੀ ਹੈ? ਤਾਂ ਰਾਈਟ ਆਂਸਰ ਹੈ 8। ਠੀਕ ਹੈ ਜੀ।
ਕਰਕ ਰੇਖਾ ਭਾਰਤ ਦੇ 8 ਰਾਜਾਂ ਵਿੱਚੋਂ ਹੋ ਕੇ ਗੁਜ਼ਰਦੀ ਹੈ। ਇਹ 8 ਰਾਜ ਨੇ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ। ਰਾਜ ਸਭਾ ਦਾ ਸਭਾਪਤੀ ਕੌਣ ਹੈ? ਤਾਂ ਰਾਈਟ ਆਂਸਰ ਹੈ ਉਪ ਰਾਸ਼ਟਰਪਤੀ। ਠੀਕ ਹੈ ਜੀ, ਰਾਜ ਸਭਾ ਦਾ ਜੋ ਸਭਾਪਤੀ ਉਪ ਰਾਸ਼ਟਰਪਤੀ ਹੁੰਦਾ ਹੈ। ਕਿਸ ਸਾਲ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ? ਤਾਂ ਰਾਈਟ ਆਂਸਰ ਹੈ 1983। ਠੀਕ ਹੈ, 1983 ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ ਸੀ। ਬੀਮਰ ਸ਼ਬਦ ਕਿਸ ਖੇਡ ਵਿੱਚ ਵਰਤਿਆ ਜਾਂਦਾ ਹੈ? ਤਾਂ ਰਾਈਟ ਆਂਸਰ ਹੈ ਕ੍ਰਿਕਟ। ਠੀਕ ਹੈ ਜੀ, ਬੀਮਰ ਸ਼ਬਦ ਜੋ ਕ੍ਰਿਕਟ ਖੇਡ ਵਿੱਚ ਵਰਤਿਆ ਜਾਂਦਾ ਹੈ। ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਸ ਨਾਲ ਸੰਬੰਧਿਤ ਹੈ? ਤਾਂ ਰਾਈਟ ਆਂਸਰ ਹੈ ਫਿਲਮ। ਠੀਕ ਹੈ, ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਸੰਬੰਧ ਫਿਲਮ ਜਗਤ ਨਾਲ ਹੈ। ਅਸ਼ਟਧਿਆਈ ਪੁਸਤਕ ਕਿਸਨੇ ਲਿਖੀ? ਤਾਂ ਰਾਈਟ ਆਂਸਰ ਹੈ ਪਾਇਨੀ। ਠੀਕ ਹੈ ਜੀ, ਪਾਇਨੀ ਦੁਆਰਾ ਜੋ ਅਸ਼ਟਧਿਆਇ ਜੋ ਗ੍ਰੰਥ ਲਿਖਿਆ ਗਿਆ ਸੀ, ਇੱਕ ਸੰਸਕ੍ਰਿਤ ਗ੍ਰੰਥ ਸੀ ਜੋ ਕਿ ਵਿਆਕਰਨ ਨਾਲ ਸੰਬੰਧਿਤ ਸੀ। ਪਹਿਲਾ ਭਾਰਤੀ ਉਪਗ੍ਰਹਿ ਆਰੀਆਭੱਟ ਕਿਸ ਸਾਲ ਲਾਂਚ ਕੀਤਾ ਗਿਆ ਸੀ? ਤਾਂ ਰਾਈਟ ਆਂਸਰ ਹੈ 1975। ਠੀਕ ਹੈ ਜੀ, 19 ਅਪ੍ਰੈਲ 1975 ਈਸਵੀ ਨੂੰ ਆਰੀਆਭੱਟ ਲਾਂਚ ਕੀਤਾ ਗਿਆ ਸੀ। ਤਾਂ ਦੋਸਤੋ, ਇਹ ਜੋ ਪ੍ਰੀਵੀਅਸ PSSB ਦੁਆਰਾ ਕਲਰਕ ਦਾ ਐਗਜ਼ਾਮ ਕੰਡਕਟ ਕੀਤਾ ਗਿਆ ਸੀ ਉਸ ਅੰਦਰ ਆਇਆ ਸੀ। ਸਭ ਤੋਂ ਪਹਿਲਾਂ ਭਾਰਤ ਵਿੱਚ ਪੰਚਾਇਤੀ ਰਾਜ ਕਿਸ ਸਾਲ ਲਾਗੂ ਕੀਤਾ ਗਿਆ ਸੀ? ਤਾਂ ਰਾਈਟ ਆਂਸਰ ਹੈ 1959। ਠੀਕ ਹੈ ਜੀ, 2 ਅਕਤੂਬਰ 1959 ਈਸਵੀ ਨੂੰ ਭਾਰਤ ਦੇ ਰਾਜਸਥਾਨ ਅੰਦਰ ਪਹਿਲੀ ਵਾਰ ਪੰਚਾਇਤੀ ਰਾਜ ਸਿਸਟਮ ਲਾਗੂ ਕੀਤਾ ਗਿਆ। ਭਾਰਤ ਕਿਸ ਸਾਲ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ? ਤਾਂ ਰਾਈਟ ਆਂਸਰ ਹੈ 1945। ਠੀਕ ਹੈ ਜੀ, 1945 ਵਿੱਚ ਹੀ ਜੋ ਸੰਯੁਕਤ ਰਾਸ਼ਟਰ ਦੀ ਜੋ ਸਥਾਪਨਾ ਹੋਈ ਸੀ। ਇਸ ਤਰ੍ਹਾਂ ਦੋਸਤੋ, ਅੱਜ ਦੇ ਆਪਣੇ ਟੋਪ 20 MCQ ਸਮਾਪਤ ਹੋਏ ਨੇ। ਵੀਡੀਓ ਵਧੀਆ ਲੱਗੀ ਹੈ, ਹੈਲਪਫੁਲ ਲੱਗੀ ਹੈ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।